ਕਦੇ ਮਿਰਜੇ ਰਾਂਝਿਆਂ ਦੀ ਧਰਤੀ ਕਹਾਉਣ ਵਾਲੇ ਪੰਜਾਬ ਅੱਜ ਸਿਰਫ ਤਿੰਨ ਟਾਈਪ ਦੇ ਆਸ਼ਕ ਹੁੰਦੇ ਆ। ਪਹਿਲੇ ਜੋ ਫੀਲ ਤਾਂ ਬਹੁਤ ਕੁਝ ਕਰਦੇ ਆ ਪਰ ਕੁਝ ਕਹਿੰਦੇ ਨਹੀਂ। ਹੈਲੋ, ਇੱਕ ਮਿੰਟ ਗੱਲ ਸੁਣੀ। ਹਾਂ, ਤੇ ਦੂਜੇ ਜੋ ਫੀਲ ਤਾਂ ਕੁਝ ਵੀ ਨਹੀਂ ਕਰਦੇ ਪਰ ਕਹਿੰਦੇ ਬਹੁਤ ਕੁਝ ਆ। ਤੈਨੂੰ ਖੁਸ਼ ਕਰਨ ਲਈ ਮੈਂ ਇੱਕ ਤਾਂ ਕੀ 100 ਝੂਠੇ ਬਰਥਡੇ ਮਨਾ ਸਕਦਾ। ਤੇ ਤੀਜੇ ਜੋ ਨਾ ਤਾਂ ਫੀਲ ਕਰਦੇ ਤੇ ਨਾ ਕੁਝ ਕਹਿੰਦੇ ਪਰ ਫਿਰ ਵੀ ਪਤਾ ਨਹੀਂ ਇਹਨਾਂ ਤੇ ਕਿਉਂ ਇੰਨਾ ਮਿਹਰਬਾਨ ਹੁੰਦਾ। ਇਟ ਇਜ਼ ਮਾਈ ਵਾਈਫ, ਵੀ ਲਵ ਇੱਕ ਦੂਜੇ ਨੂੰ ਬਹੁਤ ਸਾਰਾ। ਆ ਪਿਆਰ ਕੀ ਹੁੰਦਾ ਕਦੇ ਸੋਚਿਆ ਨਹੀਂ ਇਹਦੇ ਬਾਰੇ, ਪਰ ਜੋ ਵੀ ਹੋਵੇ ਉਹਦੀ ਫੀਲਿੰਗ ਸੱਚੀ ਹੋਵੇ ਮੇਰੇ ਲਈ। ਇਹ ਕੈਮ ਨੇ ਤੇ ਇਹ ਮੇਰੇ ਤੁਹਾਡੇ ਡੈਡ ਨੇ ਨਾ? ਓ ਨਹੀਂ, ਮੇਰੇ ਹਸਬੰਡ ਨੇ। ਇਹ ਹਸਬੰਡ ਨੇ? ਕਿਉਂ, ਮੈਨੂੰ ਖੁਰਕ ਪਈ ਹੈ? ਤੇਰੇ ਲਈ ਚਾਕਲੇਟ ਲੈ ਕੇ ਆਇਆ, ਤੈਨੂੰ ਪਸੰਦ ਆ ਨਾ? ਸਰ ਜੀ, ਮੈਂ ਵੀ ਤੇਰੇ ਲਈ ਕੁਝ ਲੈ ਕੇ ਆਇਆ ਸੀ ਪਿੰਡੋਂ। ਸਸਤੀ ਚੀਜ਼ ਦੇ ਕੇ ਇੰਪ੍ਰੈਸ ਕਰਨ ਨੂੰ ਫਿਰਦਾ ਹੈ? ਸਸਤੀ ਨਾ ਦੇਖ ਬਾਈ, ਫੀਲਿੰਗ ਦੇਖ। ਹੱਥਾਂ 'ਚ ਗੁਲਾਬ ਲੈ ਕੇ ਸਾਰੇ ਖੁਆਬ ਲੈ ਕੇ ਉਹਨੂੰ ਮੈਂ ਬੁਲਾਇਆ। ਇੱਕ ਮੁੰਡਾ ਏ, ਤੈਨੂੰ ਬਹੁਤ ਪਿਆਰ ਕਰਦਾ। ਕੌਣ ਆ? ਮੈਂ। ਤੂੰ ਮੇਰਾ ਪਿਆਰ ਸੱਚਾ ਭਰਾਵਾ? ਤੂੰ ਤਾਂ ਬਾਈ ਉਹਨੂੰ ਹੁਣ ਜਾਣਨ ਲੱਗਿਆ। ਅਸੀਂ ਨਾ ਇੱਕ ਦੂਜੇ ਦੇ ਮੋਢੇ ਦੇ ਛੋਟੇ ਅੰਦਰੋਂ ਨਲੀਆਂ ਪੂੰਝਦੇ ਰਹੇ। ਉਹ ਵੀ ਕਿੰਨਾ ਸਹੀ ਟਾਈਮ ਸੀ ਨਾ, ਕੋਈ ਫਿਕਰ ਨਹੀਂ ਸੀ। ਤੂੰ ਪਹਿਲਾਂ ਮਿਲਿਆ ਸੀ ਨਾ, ਜਾਂ ਪਹਿਲ ਵੀ ਤੇਰੀ, ਬਾਕੀ ਜੋ ਹੋਊਗਾ ਕਿਸਮਤ। ਇਹ ਸੱਚੇ ਪਾਤਸ਼ਾਹ, ਇਹ ਬਿੱਲੀਆਂ ਆਪਸ ਵਿੱਚ ਲੜ ਲੜ ਮਰ ਜਾਣ, ਘੱਟੋ ਘੱਟ ਤੇਰੇ ਇਸ ਬਾਂਦਰ ਦੀ ਤਸੀਫ ਲੱਗ ਜੇ। ਪੁੱਤ, ਆਪਣੇ ਪਿਓ ਨੂੰ ਪੁੱਛੀ ਜੇ ਮੁੰਡਾ ਬਟਾਣਾ ਹੋਵੇ ਤਾਂ। ਹੋਰ ਕੁਛ? ਉਹ ਤਾਂ ਐਂ ਕਰੀ, ਮਾਂ ਬਾਰੇ ਵੀ ਪੁੱਛ ਲਈ ਜੇ ਨਾਲ ਹੀ ਮਾਂ ਵੀ ਬਟਾਣੀ ਹੋਵੇ। ਸੱਚੇ ਪਿਆਰ 'ਚ ਨਾ ਬਹੁਤ ਜਾਨ ਹੁੰਦੀ ਆ, ਤੂੰ ਦੇਖੀ ਹੁਣੇ ਆਊਗੀ।